ਪੰਜਾਬ ਵਿੱਚ ਦਿਨੋ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਘਟਨਾ ਵਾਪਰੀ ਨਾਭਾ ਮਲੇਰਕੋਟਲਾ ਰੋਡ ਤੇ, ਜਿੱਥੇ ਮੀਂਹ ਦੇ ਕਾਰਨ ਸੜਕ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਬੇਕਾਬੂ ਹੋਏ ਟੈਂਪੂ ਖੜੇ ਟਰੱਕ ਵਿੱਚ ਜਾ ਵੱਜਿਆ, ਜਿਸ ਵਿੱਚ ਟੈਂਪੂ ਵਿੱਚ ਸਵਾਰ ਚਾਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਜ਼ਿਆਦਾ ਖਰਾਬ ਹੋਣ ਨਾਲ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਅਤੇ ਦੂਜਾ ਹਾਦਸਾ ਵੀ ਉਸ ਜਗ੍ਹਾ ਤੋਂ ਕੁਝ ਦੂਰੀ ਤੇ ਵਾਪਰਿਆ, ਜਿੱਥੇ ਸਵਿਫਟ ਕਾਰ ਬੇਕਾਬੂ ਹੁੰਦੇ ਹੋਏ ਖਤਾਨਾ ਵਿੱਚ ਜਾ ਗਿਰੀ। ਨਾਭਾ ਤੋਂ ਬ੍ਰਿਜ ਖਰਾਣਾ ਦੀ ਰਿਪੋਰਟ, ਚੈਨਲ 2।